ਮੇਰਾ ਸਤਿਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ। ਸੰਗਤ ਜੀ, ਵੀਡੀਓ ਨੂੰ ਸ਼ੇਅਰ ਕਰਿਓ। ਸਤਸੰਗਤ, ਅੱਜ ਆਪਾਂ ਜਿਨ੍ਹਾਂ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਪਿਆਰਿਓ, 5 ਦਿਨ ਲਗਾਤਾਰ ਇਹਨਾਂ ਬਾਣੀਆਂ ਦਾ ਜਾਪ ਕਰਿਆ ਜੇ ਪਿਆਰਿਓ, ਫਿਰ ਵੇਖਿਓ ਕਿਵੇਂ ਜ਼ਿੰਦਗੀ ਦੇ ਵਿੱਚ ਬਦਲਾਅ ਹੁੰਦਾ ਹੈ। ਅਤੇ ਇਹੋ ਜਿਹੇ ਤਰੀਕੇ ਅੱਜ ਆਪ ਜੀ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਗੁਰਬਾਣੀ ਦਾ ਜਾਪ ਕੀਤੇ ਆ, ਔਖੇ ਤੋਂ ਔਖੇ, ਅੜੇ ਤੋਂ ਅੜੇ ਕੰਮ ਵੀ ਜਿਹੜੇ ਆ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਹੋ ਜਾਂਦੇ ਆ। ਆਪਾਂ ਇਸ ਵਿਸ਼ੇ 'ਤੇ ਬੇਨਤੀਆਂ ਸਾਂਝੀਆਂ ਕਰਾਂਗੇ। ਪਹਿਲਾਂ ਤਾਂ ਫਤਿਹ ਬੁਲਾਓ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ। ਪਾਤਸ਼ਾਹ ਕਹਿੰਦੇ ਨੇ, ਤੂੰ ਪ੍ਰਭ ਸਭ ਤੁਧ ਸੇਵ ਦੇ, ਇੱਕ ਢਾਡੀ ਕਰੇ ਪੁਕਾਰ। ਤੂੰ ਸਭ ਦਾ ਮਾਲਕ ਹੈ, ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ। ਮੈਂ ਤੇਰਾ ਢਾਡੀ ਤੇਰੇ ਅੱਗੇ ਇੱਕ ਹੀ ਅਰਜੋਈ ਕਰਦਾ ਹਾਂ। ਪਾਤਸ਼ਾਹ ਜੀਓ, ਮੈਂ ਅਰਜੋਈ ਕਰਦਾ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀਓ, ਮੈਂ ਤੇਰੇ ਦਰ 'ਤੇ ਅਰਜੋਈ ਕਰਦਾ ਹਾਂ ਕਿ ਮੈਨੂੰ ਤੇਰਾ ਸਿਮਰਨ ਮਿਲ ਜਾਏ। ਜਿਹੜੇ ਤੇਰਾ ਸਿਮਰਨ ਕਰਦੇ ਨੇ ਉਹ ਇਹ ਭਵਜਲ ਸੰਸਾਰ ਤੋਂ ਤਰ ਜਾਇਆ ਕਰਦੇ ਨੇ। ਦੇਹੇ ਦਾਨ ਸੰਤੋਖੀਆ, ਸੱਚਾ ਨਾਮ ਮਿਲੈ ਆਧਾਰ। ਹੇ ਪ੍ਰਭੂ, ਮੈਨੂੰ ਆਪਣਾ ਨਾਮ ਬਖਸ਼, ਮੈਨੂੰ ਤੇਰਾ ਸਦਾ ਕਾਇਮ ਰਹਿਣ ਵਾਲਾ ਨਾਮ ਹੀ ਜ਼ਿੰਦਗੀ ਦਾ ਆਸਰਾ ਮਿਲੇ, ਜਿਸ ਦੀ ਬਰਕਤ ਨਾਲ ਮੈਂ ਸੰਤੋਖ ਵਾਲਾ ਹੋ ਜਾਵਾਂ। ਸਤਿਗੁਰੂ ਐਸੀ ਕਿਰਪਾ ਕਰਿਓ, ਸਤਿਗੁਰੂ ਐਸੀ ਮਿਹਰ ਕਰਿਓ, ਪਾਤਸ਼ਾਹ ਐਸੀ ਕਿਰਪਾ ਕਰਿਓ, ਸਤਿਗੁਰੂ ਜੀ ਐਸੀ ਰਹਿਮਤ ਕਰਿਓ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਐਸੀ ਕਿਰਪਾ ਹੋ ਜਾਏ, ਗੁਰੂ ਦੀ ਐਸੀ ਕਿਰਪਾ ਹੋ ਜਾਏ। ਅਤੇ ਪਿਆਰਿਓ, ਸਤਿਗੁਰੂ ਨੇ ਐਸੀ ਕਿਰਪਾ ਕਰ ਦੇਣੀ ਹੈ, ਐਸੀ ਮਿਹਰ ਕਰ ਦੇਣੀ ਹੈ, ਅਤੇ ਪਿਆਰਿਓ ਜ਼ਿੰਦਗੀ ਦੇ ਵਿੱਚ ਕਿਸੇ ਕੰਮ ਦੇ ਵਿੱਚ ਮੁਸ਼ਕਲ ਜਿਹੜੀ ਹੈ ਉਹ ਆ ਹੀ ਨਹੀਂ ਸਕਦੀ। ਕਿਉਂਕਿ ਜਿਹੜੇ ਬਾਣੀ ਪੜ੍ਹਦੇ ਨੇ, ਬਾਣੀ ਦਾ ਪ੍ਰਤਾਪ ਹੈ, ਉਹਨਾਂ ਅੱਗੇ ਕੋਈ ਕੰਮ ਅੜੀ ਨਹੀਂ ਸਕਦਾ। ਪਿਆਰਿਓ, ਜਿੰਨੇ ਵੀ ਮਹਾਂਪੁਰਖ ਹੋਏ, ਇੱਕ ਜੀਵਨ 'ਚੋਂ ਉਹਨਾਂ ਦੇ ਘਟਨਾ ਨੋਟ ਕਰੀਏ, ਹਰ ਇੱਕ ਦੇ ਜੀਵਨ ਦੇ ਵਿੱਚੋਂ, ਕਿ ਜਿੰਨੇ ਵੀ ਸਾਧੂ ਸੰਤ ਮਹਾਂਪੁਰਸ਼ ਹੋਏ, ਜਦੋਂ ਵੀ ਉਹਨਾਂ ਨੇ ਕਿਸੇ ਕਾਰਜ ਨੂੰ ਹੱਥ ਪਾਇਆ ਤੇ ਉਹ ਕਾਰਜ ਕਦੀ ਅਧੂਰਾ ਨਹੀਂ ਰਿਹਾ, ਉਹ ਕਾਰਜ ਕਦੀ ਵੀ ਅਧੂਰਾ ਨਹੀਂ ਰਿਹਾ। ਉਹਦਾ ਕਾਰਨ ਪਤਾ ਕੀ ਹੈ ਜੀ? ਉਹ ਕਾਰਨ ਇਹ ਹੈ ਕਿ ਸਤਸੰਗਤ, ਉਹ ਕਾਰਜ ਕਦੀ ਵੀ ਅਧੂਰਾ ਇਸ ਕਰਕੇ ਨਹੀਂ ਰਿਹਾ ਸਤਸੰਗਤ, ਕਿਉਂਕਿ ਉਹ ਕਾਰਜ ਜਿਹੜਾ ਹੈ ਉਹ ਇਸ ਕਰਕੇ ਅਧੂਰਾ ਨਹੀਂ ਰਿਹਾ, ਕਿਉਂਕਿ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਅਤੇ ਸਾਧ ਸੰਗਤ ਸਤਿਗੁਰ ਦੀ ਐਸੀ ਕਿਰਪਾ ਹੋਈ, ਸਤਿਗੁਰ ਸੱਚੇ ਪਾਤਸ਼ਾਹ ਦੀ ਐਸੀ ਮਿਹਰ ਹੋਈ, ਸੰਗਤ ਨੇ ਉਹ ਸਾਰੇ ਕਾਰਜ ਕਰਤੇ ਅਤੇ ਆਪਣੇ ਪਿਆਰਿਆਂ ਦੀ ਪਿੱਠ ਨਹੀਂ ਲੱਗਣ ਦਿੱਤੀ ਕਦੇ ਵੀ। ਉਹ ਸਤਿਗੁਰੂ ਨੇ ਆਪਣੇ ਪਿਆਰਿਆਂ ਦੀ ਪਿੱਠ ਨਹੀਂ ਲੱਗਣ ਦਿੱਤੀ। ਪਿਆਰਿਓ, ਹੁਣ ਥੋੜ੍ਹੀ ਜਿਹੀ ਬੇਨਤੀ ਆਪਣੇ ਵਿਸ਼ੇ 'ਤੇ ਸਮਝੀਏ। ਪਿਆਰਿਓ, ਜਦੋਂ ਵੀ ਜ਼ਿੰਦਗੀ ਦੇ ਵਿੱਚ ਸਹਾਰਾ ਕਿਸੇ ਦਾ ਨਾਂ ਲੱਭੇ,
ਤਾਂ ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਹਾਰਾ ਲੈ ਸਕਦੇ ਅਤੇ ਪਾਤਸ਼ਾਹ ਨੇ ਇਸੇ ਕਰਕੇ ਗੁਰਬਾਣੀ ਦੇ ਵਿੱਚ ਉਹ ਉਦਾਹਰਣ ਦਿੱਤੀ। ਸਤਿਗੁਰ ਕਹਿੰਦੇ ਨੇ ਤੁਸੀਂ ਜਿਹੜਾ ਅਕਾਲ ਪੁਰਖ ਦਾ ਸਹਾਰਾ ਤੱਕਣਾ ਹੈ, ਤੁਸੀਂ ਅਕਾਲ ਪੁਰਖ ਦੀ ਓਟ ਲੈਣੀ ਹੈ, ਤੂੰ ਪਰਮਾਤਮਾ ਦਾ ਸਹਾਰਾ ਲੈਣਾ ਹੈ। ਤੂੰ ਹੀ ਮਿੱਤਰ ਅਸਾਡੜਾ ਇੱਕ ਭੋਰੀ ਨਾ ਵਿਛੋੜ, ਸਤਿਗੁਰ ਕਹਿੰਦੇ ਤੂੰ ਹੀ ਮਿੱਤਰ ਹੈ। ਸਤਿਗੁਰ ਕਹਿੰਦੇ ਵੀ ਉਹ ਅਕਾਲ ਪੁਰਖ ਨੂੰ ਮਿੱਤਰ ਬਣਾ ਲੈ, ਉਹ ਤੋਂ ਬਿਨਾਂ ਤੇਰਾ ਕੋਈ ਹੋਰ ਵਧੀਆ ਸਾਥ ਦੇ ਹੀ ਨਹੀਂ ਸਕਦਾ। ਮੈਂ ਇੱਕ ਬੇਨਤੀ ਕਰਦੇ ਹਾਂ, ਸਾਧ ਸੰਗਤ ਜਦੋਂ ਲੋ ਫੀਲ ਕਰੋ, ਇਕੱਲੇ ਫੀਲ ਕਰੋ ਅਤੇ ਅਕਾਲ ਪੁਰਖ ਦਾ ਸਹਾਰਾ ਤੱਕਿਓ, ਕਦੋਂ 1,25,00,000 ਹੋ ਜਾਓਗੇ ਅਤੇ ਕਦੇ ਪਤਾ ਵੀ ਨਹੀਂ ਲੱਗਣਾ। ਅਕਾਲ ਪੁਰਖ ਦੀ ਬੜੀ ਵੱਡੀ ਕਿਰਪਾ ਹੈ, ਅਕਾਲ ਪੁਰਖ ਦੀ ਬੜੀ ਵੱਡੀ ਰਹਿਮਤ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੜੀ ਵੱਡੀ ਕਿਰਪਾ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੜੀ ਵੱਡੀ ਕਿਰਪਾ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਹੈ। ਪਿਆਰਿਓ ਯਾਦ ਰੱਖਿਓ ਵੀ ਜਦੋਂ ਵੀ ਗੁਰੂ 'ਤੇ ਭਰੋਸਾ ਡੋਲੇ ਤਾਂ ਗੁਰਬਾਣੀ ਦਾ ਸਹਾਰਾ ਲਿਓ, ਅਤੇ ਇਹ ਗੱਲ ਯਾਦ ਰੱਖਿਓ ਵੀ ਗੁਰੂ ਨੇ ਉਹਨਾਂ ਨੂੰ ਨਹੀਂ ਡੋਲਣ ਦਿੱਤਾ ਜਿਹੜੇ ਫਾਂਸੀ ਦੇ ਤਖ਼ਤਿਆਂ 'ਤੇ ਖੜ੍ਹੇ ਸੀ, ਅਤੇ ਉੱਥੋਂ ਵੀ ਉਹਨਾਂ ਦੀ ਫਾਂਸੀ ਦੀਆਂ ਸਜ਼ਾਵਾਂ ਮਾਫ਼ ਹੋ ਗਈਆਂ, ਕਿਉਂਕਿ ਉਹਨਾਂ ਨੂੰ ਭਰੋਸਾ ਸੀ ਗੁਰੂ 'ਤੇ। ਗੁਰੂ ਨੇ ਉਹਨਾਂ ਦਾ ਭਰੋਸਾ ਨਹੀਂ ਟੁੱਟਣ ਦਿੱਤਾ। ਬੇਨਤੀ ਕਰਦਾ, 5 ਦਿਨ ਲਗਾਤਾਰ ਗੁਰਬਾਣੀ ਦਾ ਜਾਪ ਕਰਿਓ, ਨਿਤਨੇਮ ਕਰ ਲਿਓ। 5 ਬਾਣੀਆਂ ਦਾ ਨਿਤਨੇਮ ਜਾਪ ਜਿਹੜਾ ਹੈ ਉਹ ਸਾਨੂੰ ਕਰਨਾ ਚਾਹੀਦਾ ਹੈ। 5 ਦਿਨ ਜਾਪ ਕਰੀਏ ਅਤੇ 5 ਦਿਨ ਜਾਂ ਫਿਰ ਜਪਜੀ ਸਾਹਿਬ ਦਾ ਪਾਠ ਜ਼ਿੰਦਗੀ 'ਚ ਲੈ ਕੇ ਆਈਏ, ਆਨੰਦ ਸਾਹਿਬ ਦਾ ਪਾਠ ਕਰ ਲਈਏ, ਅਰਦਾਸ ਬੇਨਤੀ ਜ਼ਰੂਰ ਕਰੀਏ ਅਤੇ ਇਸ ਤਰੀਕੇ ਨਾਲ ਚੱਲ ਕੇ ਵੇਖਿਓ, ਹਰ ਇੱਕ ਇੱਛਾ ਪੂਰੀ ਹੁੰਦੀ ਹੈ। ਜਦੋਂ ਵੀ ਗੁਰੂ ਘਰ ਜਾਈਏ, ਕੜਾਹ ਪ੍ਰਸ਼ਾਦ ਦੀ ਦੇਹ ਕਰਾਈਏ ਅਤੇ 6 ਪੌੜੀਆਂ ਆਨੰਦ ਸਾਹਿਬ ਦੇ ਪਾਠ ਅਤੇ ਅਰਦਾਸ ਬੇਨਤੀ ਖੁਦ ਕਰੀਏ ਜਾਂ ਭਾਈ ਸਾਹਿਬ ਤੋਂ ਕਰਵਾ ਦਈਏ, ਅਤੇ ਮੈਂ ਕਹਿੰਦਾ ਔਖੇ ਤੋਂ ਔਖੇ ਕਾਰਜ ਵੀ ਜਿਹੜੇ ਨੇ ਉਹ ਸਿਰੇ ਚੜ੍ਹ ਜਾਂਦੇ ਨੇ। ਜੇ ਕਾਰਜ ਨਾ ਹੋਵੇ ਅਤੇ ਇਹ ਗੱਲ ਦਾ ਯਕੀਨ ਹੋਵੇ ਵੀ ਇਹ ਕਾਰਜ ਦੇ ਵਿੱਚ ਸ਼ਾਇਦ ਮੇਰਾ ਭਲਾ ਨਹੀਂ ਸੀ ਛੁਪਿਆ ਹੋਇਆ, ਇਹ ਕਾਰਜ ਸ਼ਾਇਦ ਮੇਰੇ ਭਲੇ ਲਈ ਨਹੀਂ ਸੀ, ਇਸ ਕਰਕੇ ਸ਼ਾਇਦ ਸਤਿਗੁਰੂ ਨੇ ਇਹ ਕਾਰਜ ਪੂਰਾ ਨਹੀਂ ਕਰਵਾਇਆ। ਕਿਉਂਕਿ ਪਿਆਰਿਓ ਅਕਸਰ ਆਪਣਾ ਬੱਚਿਆਂ ਵਾਲਾ ਸੁਭਾਅ ਹੈ, ਆਪਾਂ ਮੰਗਦੇ ਹਾਂ ਚੀਜ਼, ਆਪਾਂ ਘਾਟਾ ਵਾਧਾ ਨਹੀਂ ਵੇਖਦੇ, ਮੈਨੂੰ ਚੀਜ਼ ਚਾਹੀਦੀ ਹੈ, ਮੈਨੂੰ ਵਸਤੂ ਚਾਹੀਦੀ ਹੈ। ਇੱਕ ਬੱਚਾ ਜਿੱਦ ਕਰਦਾ ਪਰ ਉਹਦੇ ਮਾਂ ਬਾਪ ਨੂੰ ਪਤਾ ਵੀ ਕਿਹੜੀ ਚੀਜ਼ ਇਹਦੇ ਭਲੇ ਹਿੱਤ ਹੈ, ਕਿਹੜੀ ਚੀਜ਼ ਇਹਦੇ ਭਲੇ ਹਿੱਤ ਨਹੀਂ। ਜਿਹੜੀ ਭਲੇ ਹਿੱਤ ਹੈ ਉਹ ਲੈ ਕੇ ਦਿੰਦੇ ਨੇ, ਅਤੇ ਜਿਹੜੀ ਹੁਣ ਉਹਦੇ ਭਲੇ ਹਿੱਤ ਨਹੀਂ, ਕੋਈ ਲੈਣ ਨਹੀਂ, ਕੋਈ ਉਹਦੇ ਮਤਲਬ ਦੀ ਚੀਜ਼ ਨਹੀਂ, ਉਹ ਕਦੀ ਨਹੀਂ ਲੈ ਕੇ ਦਿੰਦੇ, ਸੁਣ ਜ਼ਰੂਰ ਲੈਂਦੇ ਨੇ। ਹੁਣ ਆਪਾਂ ਵੀ ਗੁਰੂ ਅੱਗੇ ਅਰਦਾਸ ਕਰਦੇ ਰਹਿਣਾ, ਜਿਹੜੀ ਚੀਜ਼ ਆਪਣੇ ਭਲੇ ਹਿੱਤ ਹੈ ਸਤਿਗੁਰ ਜ਼ਰੂਰ ਦੇਣਗੇ, ਅਤੇ ਜਿਹੜੀ ਸਾਡੇ ਕੰਮ ਦੀ ਉਹ ਨਹੀਂ, ਸਾਨੂੰ ਦੁੱਖ ਦੇਵੇਗੀ, ਅੱਗੇ ਜਾ ਕੇ ਤਕਲੀਫ ਸਾਡੀ ਕਾਰਨ ਬਣੇਗੀ ਦੁੱਖ ਦਾ, ਅਤੇ ਪਿਆਰਿਓ ਉਹ ਵਸਤੂ ਉਹ ਕਦੀ ਵੀ ਸਤਿਗੁਰ ਫਿਰ ਨਹੀਂ ਦਿੰਦੇ। ਪਿਆਰਿਓ ਇਹ ਹਮੇਸ਼ਾ ਯਾਦ ਰੱਖਿਓ ਵੀ ਉਹ ਵਸਤੂ ਉਹ ਸਤਿਗੁਰੂ ਫਿਰ ਕਦੀ ਵੀ ਨਹੀਂ ਦਿੰਦੇ, ਇਹ ਤਾਂ ਸਾਨੂੰ ਜ਼ਰੂਰ ਜਿਹੜਾ ਹੈ ਉਹ ਪਤਾ ਹੋਵੇ, ਸਾਨੂੰ ਇਸ ਗੱਲ ਦਾ ਜ਼ਰੂਰ ਯਕੀਨ ਹੋਵੇ ਵੀ ਸਤਿਗੁਰ ਫਿਰ ਉਹ ਵਸਤੂ ਕਦੀ ਨਹੀਂ ਬਖਸ਼ਿਸ਼ ਕਰਦੇ, ਕਦੀ ਵੀ ਨਹੀਂ ਸਤਿਗੁਰੂ ਉਹ ਬਖਸ਼ਿਸ਼ ਕਰਦੇ, ਉਹ ਵਸਤੂ ਕਦੀ ਨਹੀਂ ਦਿੰਦੇ, ਇਹ ਸਾਨੂੰ ਪਤਾ ਹੋਵੇ ਇਸ ਗੱਲ ਦਾ। ਸਤਿ ਸੰਗਤ, ਇਸ ਕਰਕੇ ਮੈਂ ਜਿਹੜੀ ਬੇਨਤੀ ਕਰਦਾ ਉਹਦੇ ਵੱਲ ਥੋੜ੍ਹਾ ਜਿਹਾ ਧਿਆਨ ਦਿਓ, ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰਿਓ, ਪ੍ਰਯਾਸ ਕਰਿਓ। ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਤੇ ਭਰੋਸਾ ਰੱਖਿਓ, ਗੁਰੂ ਨੂੰ ਆਪਣਾ ਮਿੱਤਰ ਬਣਾਇਓ, ਕਿਸੇ ਹੋਰ ਦੀ ਆਸ ਤੱਕਿਆ ਹੀ ਨਾ। ਜਿਨੀ ਸੇਵਿਆ ਤਿਨੀ ਸੁਖ ਪਾਇਆ, ਗੁਰਮਤੀ ਵਿਚਾਰ
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤ ਰਾਹੀਂ ਉੱਚੀ ਸਮਝ ਹਾਸਲ ਕਰਕੇ ਸਿਮਰਿਆ ਉਹਨਾਂ ਨੇ ਸਦਾ ਹੀ ਸੁੱਖ ਪ੍ਰਾਪਤ ਕੀਤਾ ਹੈ। ਅਤੇ ਇਹ ਸਤਿਗੁਰੂ ਨੇ ਬਾਣੀ 'ਚ ਹੁਣ ਆਪ ਕਹਿ ਦਿੱਤਾ, ਹੁਣ ਪਿੱਛੇ ਸ਼ੱਕ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹਿ ਗਈ। ਇਹ ਯਾਦ ਰੱਖਿਓ, ਬੇਨਤੀਆਂ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।